ਬਹੁਤ ਵਧੀਆ ਲੱਗ ਰਿਹਾ ਵਾ ਇੱਥੇ ਫ੍ਰੀ ਦਵਾਈਆਂ ਮਿਲਦੀਆਂ ਫ੍ਰੀ ਚੈੱਕਅਪ ਹੋ ਰਹੇ ਆ ਫ੍ਰੀ ਆਪਰੇਸ਼ਨ ਵੀ ਕੀਤੇ ਜਾਣਗੇ ਤੇ ਜਿਨ੍ਹਾਂ ਨੂੰ ਐਨਕਾਂ ਦੀ ਜ਼ਰੂਰਤ ਐਨਕਾਂ ਵੀ ਦਿੱਤੀਆਂ ਜਾਣਗੀਆਂ ਬਹੁਤ ਵਧੀਆ ਵਾ ਵੀ ਜਿਨ੍ਹਾਂ ਨੇ ਕੈਂਪ ਲਵਾਇਆ ਵਾ ਗਰੀਬਾਂ ਦੀ ਮਦਦ ਕਰਦੇ ਪਏ ਆ ਵੀ ਚਲੋ ਜਿਹੜੇ ਨਹੀਂ ਅਗਲਾ ਆਪਦਾ ਇਲਾਜ ਕਰਾ ਸਕਦਾ ਉਹ ਆਪਦਾ ਇਲਾਜ ਕਰਾ ਰਹੇ ਅੱਜ ਬ੍ਰਾਈਅਰ ਕੰਪਨੀ ਵੱਲੋਂ ਉਹਨਾਂ ਦੇ ਦੀਪਕ ਪਾਹਵਾ ਜੀ ਦੇ ਸਹਿਯੋਗ ਨਾਲ ਸਾਡੇ ਮੋਗੇ ਦੇ ਭਾਰਤੀ ਜਾਗਰਤੀ ਮੰਚ ਦੇ ਦੇਖ ਰੇਖ 'ਚ ਜਿਹੜਾ ਕੈਂਪ ਆਈ ਦਾ ਲਗਾਇਆ ਜਾ ਰਿਹਾ ਇਹ ਨੌਵਾਂ ਕੈਂਪ ਹੈ ਇਹਦੇ ਵਿੱਚ ਕਰੀਬ ਕਰੀਬ 1000 ਦੇ ਆਸ ਪਾਸ ਪੇਸ਼ੈਂਟ ਦਾ ਜਿਹੜਾ ਆਈ ਦਾ ਚੈੱਕਅਪ ਕੀਤਾ ਜਾਏਗਾ ਔਰ ਇਹ ਬਹੁਤ ਹੀ ਵਿਸ਼ਾਲ ਕੈਂਪ ਜਿਹੜਾ ਮੋਗੇ ਸ਼ਹਿਰ ਦੇ ਵਿੱਚ ਲੋਕਾਂ ਦੀ ਸਹੂਲਤ ਲਈ ਲਗਾਇਆ ਗਿਆ ਜਿਹੜੇ ਸਾਡੇ ਆਈ ਦੇ ਮਾਹਰ ਨੇ ਉਹ ਇਹਨਾਂ 'ਚੋਂ ਕੇਸ ਸਿਲੈਕਟ ਕਰਕੇ ਅਗਲੇ 20-25 ਦਿਨਾਂ ਦੇ ਅੰਦਰ ਉਹਨਾਂ ਦੇ ਓਪਰੇਸ਼ਨ ਜਿਹੜੇ ਆ ਡੇਲੀ ਦੇ ਡੇਲੀ ਜਿਹੜੇ ਆ ਕੀਤੇ ਜਾਣਗੇ ਅਤੇ ਉਹਨਾਂ ਦੀ ਪ੍ਰੋਪਰ ਜਿਹੜੀ ਆ ਆਈ ਚੈੱਕਅਪ ਜਿਹੜੀ ਆ ਬਾਅਦ 'ਚ ਫੋਲੋਅਪ ਵੀ ਜਿਹੜਾ ਉਹ ਬਹੁਤ ਪ੍ਰੋਪਰ ਢੰਗ ਨਾਲ ਕੀਤਾ ਜਾਏਗਾ ਅਸੀਂ ਇਹ ਦੋਨਾਂ ਸੰਸਥਾਵਾਂ ਦਾ ਬਹੁਤ ਬਹੁਤ ਦਿਲੋਂ ਧੰਨਵਾਦੀ ਹਾਂ ਕਿ ਮੋਗੇ ਦੇ ਵਿੱਚ ਇਹ ਜਿਹੜੇ ਕੈਂਪ ਲਗਾਉਂਦੇ ਨੇ ਇਹਨਾਂ ਦੀਆਂ ਸਿਹਤ ਸੁਵਿਧਾਵਾਂ ਜਿਹੜੀਆਂ ਦਿੰਦੇ ਆ ਉਹਦੇ ਲਈ ਅਸੀਂ ਸਾਰੇ ਜਿਹੜੇ ਆ ਹਸਪਤਾਲ ਵੱਲੋਂ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹ ਅਬ 9 ਸਾਲ ਸੇ ਹਮ ਲਗਾ ਰਹੇ ਹੈ ਸਿਵਲ ਡਾਕਟਰ ਮਥੁਰਾ ਦਾਸ ਸਿਵਲ ਹਸਪਤਾਲ ਪੇ ਅਗਲੇ ਸਾਲ ਸੇ 2 ਕੈਂਪ ਲਗਾਉਣੇ ਕਾ ਵਿਚਾਰ ਹੈ ਹਰ ਸਾਲ ਕਿਉਂਕਿ ਇਤਨੀ ਸਪੋਰਟ ਮਿਲਤੀ ਹੈ ਇਤਨੀ ਪੇਸ਼ੈਂਟਸ ਆਤੇ ਹੈ ਲੋਕੋ ਕੀ ਭਲਾਈ ਹੋ ਰਹੀ ਹੈ ਔਰ ਇਸਕੇ ਲਈ ਹਮ ਮੋਗਾ ਕੇ ਜੋ ਸਪੋਰਟਰਸ ਹੈ ਡਾਕਟਰ ਕੋਚਰ ਹੈ ਜਾਗ੍ਰਿਤ ਮੰਚ ਹੈ ਇੰਦੂਪੁਰੀ ਜੀ ਹੈ ਸਭ ਕੀ ਮੈਂ ਤਹਿ ਦਿਲ ਸੇ ਸ਼ੁਕਰੀਆ ਕਰਨਾ ਚਾਹਤੀ ਹੂੰ ਕਿ ਇਹ 9 ਸਾਲ ਕੈਸੇ ਬੀਤ ਗਏ ਪਤਾ ਹੀ ਨਹੀਂ ਚਲਾ ਮੈਂ ਤੋ ਕਰੀਬ 10 ਸਾਲ ਸੇ ਯਹਾਂ ਆ ਰਹੀ ਹੂੰ ਔਰ ਆਜ ਵੀ ਪੇਸ਼ੈਂਟਸ ਕੀ ਬਹੁਤ ਰਜਿਸਟ੍ਰੇਸ਼ਨ ਹੋ ਗਈ ਹੈ ਅਭੀ ਸੁਬਹ ਕੇ ਸ਼ਾਇਦ 9:30 ਜਾਂ 10 ਵਜ ਰਹੇ ਹੈ 500 ਲੋਕ ਆਲਰੇਡੀ ਅੰਦਰ ਜਾ ਚੁੱਕੇ ਹੈ ਤੋ ਹਮਾਰੀ ਇਸਕੇ ਇਲਾਵਾ ਹਮਨੇ ਇੱਕ ਸਕੂਲ ਵੀ ਸਟਿਚਿੰਗ ਸੈਂਟਰ ਵੀ ਖੋਲ੍ਹਾ ਹੈ ਡਾਕਟਰ ਮਥੁਰਾ ਦਾਸ ਦੇ ਨਾਮ ਸੇ ਅੰਡਰ ਪ੍ਰਿਵਲੇਜ ਗਰਲਸ ਕੇ ਲਈ ਮੈਂ ਪਰਸੋਂ ਵਹਾਂ ਗਈ ਥੀ ਗਰਲਸ ਇਤਨਾ ਅੱਛਾ ਕੰਮ ਕਰ ਰਹੀ ਹੈ ਇਤਨਾ ਸਿਲਾਈ ਕਾ ਉਹਨਾਂ ਕਾ ਇਤਨਾ ਹੁਨਰ ਹੈ ਤੋ ਮੈਂ ਤਾਂ ਦੇਖ ਕੇ ਤੰਗ ਰਹਿ ਗਈ ਕਿ ਦਿੱਲੀ ਮੇ ਵੀ ਇਹ ਹੁਨਰ ਦਿਖਤਾ ਨਹੀਂ ਹੈ ਤੋ ਮੈਂ ਬਸ ਯਹੀ ਬੋਲਣਾ ਚਾਹਤੀ ਹੂੰ ਕਿ ਇਹ ਡਾਕਟਰ ਮਥੁਰਾ ਦਾਸ ਕੇ ਨਾਮ ਸੇ ਜੋ ਕੰਮ ਹੋ ਰਿਹਾ ਹੈ ਉਨਕੇ ਪੋਤੇ ਦੀਪਕ ਪਾਹਵਾ ਜੀ ਹੈ ਵੋ ਔਰ ਉਨਕੀ ਕੰਪਨੀ ਸਾਰਾ ਕਰ ਰਹੀ ਹੈ ਮੈਂ ਇੱਕ ਰਿਪ੍ਰੈਜੈਂਟੇਟਿਵ ਹੂੰ ਸੋਨਾਲੀ ਦੱਤਾ ਵਾਈਸ ਪ੍ਰੈਸੀਡੈਂਟ ਵਹਾਂ ਪੇ ਤੋ ਮੈਂ ਇਸ ਕਿਨ ਸਭ ਕੇ ਸਾਥ ਜੁੜੀ ਹੋਈ ਹੂੰ ਔਰ ਮੁਝੇ ਬਹੁਤ ਅੱਛਾ ਲੱਗਤਾ ਹੈ ਯਹਾਂ ਆ ਕੇ ਥੈਂਕ ਯੂ ਜਿਹੜਾ ਹੈ ਰਾਏ ਬਹਾਦਰ ਡਾਕਟਰ ਮਥੁਰਾ ਦਾਸ ਦੀ ਫੈਮਿਲੀ ਸ਼੍ਰੀ ਦੀਪਕ ਪਾਹਵਾ ਜੀ ਜੋ ਬ੍ਰਾਈਅਰ ਦੇ ਡਾਇਰੈਕਟਰ ਨੇ ਉਹਨਾਂ ਨੇ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਹੈ ਨੇਤਰ ਦ੍ਰਿਸ਼ਟੀ ਪ੍ਰਸਾਰ ਪ੍ਰੋਗਰਾਮ ਉਹਦੇ ਤਹਿਤ ਇਹ ਮੋਗਾ ਵਿੱਚ ਨੌਵਾਂ ਕੈਂਪ ਡਾਕਟਰ ਮਥੁਰਾ ਦਾਸ ਸਿਵਲ ਹਸਪਤਾਲ ਵਿੱਚ ਲਗਾਇਆ ਗਿਆ ਜੋ ਕਿ ਇਹ ਕੈਂਪ ਹਰ ਸਾਲ ਭਾਰਤੀ ਜਾਗ੍ਰਿਤੀ ਮੰਚ ਔਰ ਬ੍ਰਾਈਅਰ ਦੇ ਮਿਲ ਕੇ ਇਕੱਠੇ ਕੈਂਪ ਲਾਇਆ ਜਾਂਦਾ ਔਰ ਇਸ ਕੈਂਪ ਦੇ ਵਿੱਚ ਅੱਜ ਦੇ ਦਿਨ ਬਿਲਕੁਲ ਫ੍ਰੀ ਚੈੱਕਅਪ ਕੀਤਾ ਜਾਂਦਾ ਚੈੱਕਅਪ ਕਰਨ ਤੋਂ ਬਾਅਦ ਜਿਹੜੇ ਮਰੀਜ਼ਾਂ ਨੂੰ ਦਵਾਈਆਂ ਦੀ ਜ਼ਰੂਰਤ ਹੈ ਉਹਨਾਂ ਨੂੰ ਦਵਾਈਆਂ ਦਿੱਤੀਆਂ ਜਾਂਦੀਆਂ ਜਿਨ੍ਹਾਂ ਨੂੰ ਬਲੱਡ ਟੈਸਟ ਦੀ ਕੋਈ ਜ਼ਰੂਰਤ ਹੈ ਬਲੱਡ ਟੈਸਟ ਕਰਨ ਤੋਂ ਬਾਅਦ
ਜਿਨ੍ਹਾਂ ਦੇ ਆਪਰੇਸ਼ਨ ਹੋਣ ਵਾਲੇ ਹੁੰਦੇ ਨੇ ਮੋਤੀਆ ਬਿੰਦ ਦੇ, ਉਹਨਾਂ ਨੂੰ ਅੱਜ ਦੇ ਦਿਨ ਤਰੀਕ ਦਿੱਤੀ ਜਾਂਦੀ ਹੈ। ਉਸ ਤੋਂ ਬਾਅਦ ਲਗਾਤਾਰ ਰੋਜ਼ ਤਕਰੀਬਨ 10-12 ਆਪਰੇਸ਼ਨ ਕੀਤੇ ਜਾਂਦੇ ਹੈ, ਜੋ ਕਿ ਮੋਗਾ ਦੇ ਮਾਹਰ ਅੱਖਾਂ ਦੇ ਡਾਕਟਰਾਂ ਵੱਲੋਂ ਕੀਤੇ ਜਾਂਦੇ ਹੈ। ਔਰ ਇਸ ਕੈਂਪ ਦੀ ਖਾਸੀਅਤ ਹੈ ਕਿ ਅੱਜ ਤੱਕ ਕੋਈ ਵੀ ਮਰੀਜ਼ ਦੀ ਅੱਖ ਖਰਾਬ ਨਹੀਂ ਹੋਈ, ਔਰ ਇਸ ਕੈਂਪ ਦੀ ਲੋਕ ਬਹੁਤ ਪਹਿਲਾਂ ਹੀ ਇੰਤਜ਼ਾਰ ਕਰਨ ਲੱਗ ਪੈਂਦੇ ਹੈ। ਇਹ ਬਹੁਤ ਹੀ ਸਕਸੈਸਫੁਲ ਕੈਂਪ ਹੁੰਦਾ, ਔਰ ਅੱਜ ਦੇ ਦਿਨ ਤਕਰੀਬਨ ਹਾਲੇ ਤੱਕ 1000 ਦੇ ਕਰੀਬ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ। ਔਰ ਜਿੱਥੋਂ ਤੱਕ ਡਾਕਟਰ ਮਥਰਾ ਦਾਸ ਦੀ ਗੱਲ ਹੈ, ਉਹ ਮੋਗਾ ਦੇ ਬਾਣੀ ਸੀ, ਮੋਗਾ ਦੇ ਹਰ ਖੇਤਰ ਵਿੱਚ ਉਹਨਾਂ ਦਾ ਬਹੁਤ ਹੀ ਵੱਡਾ ਯੋਗਦਾਨ ਰਿਹਾ, ਚਾਹੇ ਆਪਾਂ ਗੱਲ ਕਰੀਏ ਐਜੂਕੇਸ਼ਨ ਦੀ, ਚਾਹੇ ਗੱਲ ਕਰੀਏ ਹੈਲਥ ਦੀ, ਚਾਹੇ ਗੱਲ ਕਰੀਏ ਡਿਵੈਲਪਮੈਂਟ ਦੀ। ਮੋਗਾ ਵਿੱਚ ਉਹਨਾਂ ਨੇ DM ਕਾਲਜ ਦੇ ਨਾਲ ਨਾਲ ਆਰੀਆ ਗਰਲ ਸਕੂਲ, ਆਰੀਆ ਸੀਨੀਅਰ ਸੈਕੈਂਡਰੀ ਸਕੂਲ, ਹੋਰ ਬਹੁਤ ਸਾਰੇ ਸਕੂਲਾਂ ਨੂੰ ਖੋਲ੍ਹਿਆ। ਔਰ ਮੋਗਾ ਵਿੱਚ ਜਿਹੜਾ ਡਾਕਟਰ ਮਥਰਾ ਦਾਸ ਸਿਵਲ ਹਸਪਤਾਲ ਹੈ, ਇਹ ਵੀ ਉਹਨਾਂ ਨੇ ਲੋਕਾਂ ਕੋਲੋਂ ਡੋਨੇਸ਼ਨ 'ਚ ਜ਼ਮੀਨ ਲੈ ਕੇ ਇਹ ਖੋਲ੍ਹਿਆ। ਔਰ ਮੋਗੇ ਦਾ ਜੇ ਨਿਊ ਟਾਊਨ ਦੀ ਗੱਲ ਕਰੀਏ, ਮੋਗੇ ਦੀ ਉਸ ਵੇਲੇ ਦੀ ਨਗਰ ਕੌਂਸਲ ਦੀ ਗੱਲ ਕਰੀਏ, ਗਊਸ਼ਾਲਾ ਦੀ ਗੱਲ ਕਰੀਏ, ਮੋਗਾ ਦੇ ਹਰ ਕੰਮ ਵਿੱਚ ਉਹਨਾਂ ਦਾ ਬਹੁਤ ਵੱਡਾ ਡਿਵੈਲਪਮੈਂਟ ਵਿੱਚ ਹੱਥ ਰਿਹਾ। ਔਰ ਮੇਰਾ ਖਿਆਲ ਜਿੰਨਾ ਮੋਗੇ ਲਈ ਉਹਨਾਂ ਨੇ ਕੰਮ ਕੀਤਾ, ਉਸ ਤੋਂ ਬਾਅਦ ਕਿਸੇ ਨੇ ਉਹਨਾਂ ਕੰਮ ਨਹੀਂ ਕੀਤਾ। ਮੋਗਾ ਦੇ ਲੋਕ ਹਮੇਸ਼ਾ ਲਈ ਉਹਨਾਂ ਦੇ ਰਿਣੀ ਹੈ, ਔਰ ਮੈਂ ਭਾਰਤੀ ਜਾਗਰਤੀ ਮੰਚ ਵੱਲੋਂ ਔਰ ਆਪਣੀ ਪੂਰੀ ਟੀਮ ਵੱਲੋਂ ਸਾਰੇ ਬ੍ਰਾਈਅਰ ਪਰਿਵਾਰ ਦਾ ਧੰਨਵਾਦ ਕਰਦਾ। ਥੈਂਕ ਯੂ।